ਅੱਜ ਮੈਂ ਖੜੀ ਹਾਂ ਬ੍ਰੈਂਪਟਨ ਵਿੱਚ ਜਿੱਥੇ ਤੀਸਰੀ ਵਿਸ਼ਵ ਪੰਜਾਬੀ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਭਾਰਤ ਤੋਂ ਹੀ ਨਹੀਂ, ਕੈਨੇਡਾ ਤੋਂ ਹੀ ਨਹੀਂ, ਬਲਕਿ ਦੁਨੀਆ ਭਰ ਤੋਂ ਪੰਜਾਬੀ ਸਾਹਿਤਕਾਰ, ਲੇਖਕ ਅਤੇ ਰਿਸਰਚਰਸ ਪਹੁੰਚੇ ਹਨ। ਇਸ ਕਾਨਫਰੰਸ ਦਾ ਮਕਸਦ ਹੈ ਇੱਥੋਂ ਦੀ ਜੰਮਪਲ ਪੀੜ੍ਹੀ ਅਤੇ ਪੰਜਾਬੀ ਭਾਸ਼ਾ ਦੇ ਵਿਚਕਾਰਲਾ ਫਰਕ ਮਿਟਾਉਣਾ ਅਤੇ ਪੰਜਾਬੀ ਭਾਸ਼ਾ ਅਤੇ ਮਾਂ ਬੋਲੀ ਪੰਜਾਬੀ ਨੂੰ, ਉਸਦੇ ਵਿਰਸੇ ਅਤੇ ਵਿਰਾਸਤ ਨੂੰ ਆਉਣ ਵਾਲੀ ਪੀੜ੍ਹੀ ਲਈ ਸੰਜੋ ਕੇ ਰੱਖਣਾ। ਮੈਨੂੰ ਲੱਗਦਾ ਜੇ ਅਸੀਂ ਆਪਣਾ ਵਿਰਸਾ ਹੀ ਵਸਾ ਦਿੱਤਾ, ਸੱਭਿਆਚਾਰ ਨੂੰ ਭੁੱਲ ਗਏ, ਤਾਂ ਅਸੀਂ ਸਾਰਾ ਕੁਛ ਹੀ ਗੁਆ ਲਿਆ। 3 ਦਿਨਾਂ ਲਈ ਚੱਲਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਦੀ ਅੱਜ ਬ੍ਰੈਂਪਟਨ ਵਿੱਚ ਵਿਸ਼ਵ ਪੰਜਾਬੀ ਭਵਨ ਵਿਖੇ ਸ਼ੁਰੂਆਤ ਹੋ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਉਣ ਅਤੇ ਕੈਨੇਡਾ ਦੇ ਰਾਸ਼ਟਰ ਗਾਨ ਨਾਲ ਹੋਈ, ਜਿਸ ਨੂੰ ਬੱਚਿਆਂ ਨੇ ਆਪਣੀ ਮਧੁਰ ਆਵਾਜ਼ ਵਿੱਚ ਪੇਸ਼ ਕੀਤਾ। ਇਸ ਕਾਨਫਰੰਸ ਦੇ ਪ੍ਰਬੰਧਕਾਂ ਵਿੱਚੋਂ ਇੱਕ ਡਾਕਟਰ ਤਲਵੀਰ ਕਥੂਰੀਆ ਨੇ ਕਿਹਾ ਕਿ ਇਸ ਕਾਨਫਰੰਸ ਰਾਹੀਂ ਉਹ ਮਾਂ ਬੋਲੀ ਤੋਂ ਦੂਰ ਹੋ ਰਹੇ ਪੰਜਾਬੀ ਬੱਚਿਆਂ ਅਤੇ ਨਵੀਂ ਪੀੜ੍ਹੀ ਦੀ ਪੰਜਾਬੀ ਨਾਲ ਸਾਂਝ ਪਾਉਣਾ ਚਾਹੁੰਦੇ ਨੇ। ਉਹਨਾਂ ਕਿਹਾ ਕਿ ਪੰਜਾਬੀ ਕਿਤਾਬਾਂ ਵਿੱਚ ਲਿਖੀ ਹੋਈ ਅਤੇ ਗੁਰੂਆਂ ਤੋਂ ਮਿਲੀ ਹੋਈ ਭਾਸ਼ਾ ਹੈ, ਇਸ ਲਈ ਸਾਨੂੰ ਪੰਜਾਬੀ ਭਾਸ਼ਾ ਨੂੰ ਆਪਣੀ ਭਾਵਨਾਵਾਂ ਨੂੰ ਸ਼ਬਦ ਦੇਣ ਲਈ ਇਸਤੇਮਾਲ ਕਰਨ ਦੇ ਨਾਲ ਨਾਲ ਆਪਣੇ ਮਨ ਦੀ ਅਭਿਵਿਅਕਤੀ ਦੀ ਭਾਸ਼ਾ ਵੀ ਬਣਾਉਣਾ ਚਾਹੀਦਾ ਹੈ। ਅਸੀਂ ਇਸ ਮਾਂ ਬੋਲੀ ਪੰਜਾਬੀ ਜਿਹੜੀ ਹੈ, ਸਿਰਫ ਪੰਜਾਂ ਆਬਾਂ ਦੀ ਬੋਲੀ ਨਹੀਂ ਰਹਿ ਗਈ, 7 ਸਮੁੰਦਰਾਂ ਦੀ ਬੋਲੀ ਹੈ, ਸਾਰੀ ਦੁਨੀਆ 'ਚ ਬੋਲੀ ਜਾਂਦੀ ਹੈ, ਔਰ ਪਹਿਲੇ 10ਵੇਂ ਨੰਬਰ 'ਤੇ ਜਿਹੜੀ ਇਹ ਬੋਲੀ ਜਾਣ ਵਾਲੀ ਬੋਲੀ ਹੈ, ਇਹਨੂੰ ਲੋਕ ਕਿਉਂ ਬੋਲਣ 'ਚ ਪਿੱਛੇ ਕਣੀ ਕਤਰਾਉਂਦੇ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਪੰਜਾਬੀ ਬੋਲਣ 'ਚ ਮਾਣ ਮਹਿਸੂਸ ਕਰੀਏ, ਮਾਂ ਬੋਲੀ ਪੰਜਾਬੀ ਨੂੰ ਜਿਹੜਾ ਉਹਦਾ ਬਣਦਾ ਰੁਤਬਾ ਹਾਸਲ ਕਰਵਾ ਜਾਵੇ। ਸਾਡੇ ਪੰਜਾਬ ਜਿਹੜੇ ਸਕੂਲਾਂ 'ਚ ਪੰਜਾਬੀ ਬੋਲੇ ਜੁਰਮਾਨੇ ਕੀਤੇ ਜਾਂਦੇ, ਉਹ ਨਾ ਹੋਣ, ਕਈ ਕਾਰਨ ਨੇ ਇਸ ਕਾਨਫਰੰਸ ਕਰਾਉਣ ਦੇ, ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹਨਾਂ ਕਾਰਨ ਉਹਨਾਂ ਵਾਸਤੇ ਕਾਮਯਾਬ ਹੋਵਾਂਗੇ। ਜਦੋਂ ਸਾਰੇ ਵਿਦਵਾਨ ਬੈਠ ਕੇ ਉਹਦੇ ਬਾਰੇ ਗੱਲਬਾਤ ਕਰਨਗੇ, ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਾਂਗੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਡੀਨ ਰਹਿ ਚੁੱਕੇ ਡਾਕਟਰ ਦਵਿੰਦਰ ਦੱਸਦੇ ਹਨ ਕਿ ਹਾਲਾਂਕਿ ਕੈਨੇਡਾ ਵਿੱਚ ਪੰਜਾਬ ਤੋਂ ਨਿੱਤ ਪ੍ਰਵਾਸੀ ਆਉਂਦੇ ਨੇ, ਪਰ ਨਵੀਂ ਪੀੜ੍ਹੀ ਦੀ ਪੰਜਾਬੀ ਭਾਸ਼ਾ ਨਾਲ ਸਾਂਝ ਟੁੱਟਦੀ ਜਾ ਰਹੀ ਹੈ। ਪੰਜਾਬ ਛੱਡ ਕੇ ਆ ਗਏ ਹਾਂ, ਇੰਡੀਆ ਛੱਡ ਕੇ ਆ ਗਏ ਹਾਂ, ਅਤੇ ਇਹ ਅਸੀਂ ਪੰਜਾਬੀ ਵੀ ਛੱਡ ਆਏ ਹਾਂ, ਪਰ ਅਸੀਂ ਆਏ ਸੀ ਇੱਥੇ ਆਪਣੀ ਬਿਹਤਰੀ ਵਾਸਤੇ, ਪੈਸੇ ਕਮਾਉਣ ਵਾਸਤੇ ਨਹੀਂ ਸੀ ਆਏ। ਅਸੀਂ ਹਾਇਰ ਐਜੂਕੇਸ਼ਨ ਵਾਸਤੇ ਆਏ ਸੀਗੇ, ਆਪਣਾ ਸਟੈਂਡਰਡ ਹਾਈ ਕਰਨ ਵਾਸਤੇ ਆਏ ਸੀਗੇ, ਨਾ ਕਿ ਪੰਜਾਬੀ ਭੁੱਲਣ ਵਾਸਤੇ। ਕਿਉਂ ਪੰਜਾਬੀ ਚੀਜ਼ ਐਸੀ ਕਿ ਜੇ ਮੈਂ, ਕਿਉਂਕਿ ਐਗਰੀਕਲਚਰ ਦਾ ਬੰਦਾ ਹੈਗਾ ਅਤੇ ਉਹ ਉਸ ਯੂਨੀਵਰਸਿਟੀ 'ਚ ਕੰਮ ਕੀਤਾ, ਇੱਕ ਬੂਟੇ ਦੀ ਜੜ੍ਹ ਮਜ਼ਬੂਤ ਹੋਏਗੀ ਨਾ, ਅਤੇ ਫਿਰ ਹੀ ਉਹਦਾ ਤਣਾ, ਪੱਤੇ, ਟਾਹਣੀਆਂ ਜਿਹੜੀਆਂ ਉਹ ਸਾਰੇ ਫਲ ਫਰੂਟ ਵੀ ਦੇਣਗੀਆਂ, ਅਦਰਵਾਈਜ਼ ਉਹ ਬੂਟਾ ਡਿੱਗ ਪੈਗਾ ਥੋੜ੍ਹੀ ਜਿਹੀ ਨੇਰੀ ਆਉਣ ਨਾਲ ਵੀ, ਝੱਖੜ ਆਉਣ। ਸੁੰਦਰਪਾਲ ਜੀ, ਜੋ ਕਈ ਸਾਲਾਂ ਤੋਂ ਥੀਏਟਰ ਅਤੇ ਕਲਮ ਰਾਹੀਂ ਪੰਜਾਬੀ ਭਾਸ਼ਾ ਦੀ ਸੰਭਾਲ ਵਿੱਚ ਲੱਗੇ ਹਨ, ਮੰਨਦੇ ਹਨ ਕਿ ਮਾਂ ਬੋਲੀ ਅਤੇ ਭਾਸ਼ਾ ਨੂੰ ਸੰਜੋ ਕੇ ਰੱਖਣਾ ਸਾਡੇ ਸਭਨਾਂ 'ਤੇ ਨਿਰਭਰ ਹੈ। ਜੇਕਰ ਅਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਾਂਗੇ ਤਾਂ ਬੱਚੇ ਪੰਜਾਬੀ ਤੋਂ ਆਪ ਹੀ ਦੂਰ ਹੋ ਜਾਣਗੇ। ਇਸ ਲਈ ਚਾਹੇ ਕਹਿਤਿਆਂ ਰਾਹੀਂ ਅਤੇ ਚਾਹੇ ਆਮ ਬੋਲਚਾਲ ਦੀ ਭਾਸ਼ਾ ਰਾਹੀਂ ਬੱਚਿਆਂ ਨੂੰ ਪਹਿਲੇ ਦਿਨ ਤੋਂ ਪੰਜਾਬੀ ਭਾਸ਼ਾ ਨਾਲ ਜੋੜਨਾ ਚਾਹੀਦਾ ਹੈ। ਜਿਹੜੇ ਹਮਤਾ ਤੋਜ਼ ਨੇ ਇੱਕ ਕਿਤਾਬ ਲਿਖੀ ਸੀਗੀ ਮੇਰਾ ਦਾਗਿਸਤਾਨ, ਅਤੇ ਉਹਨਾਂ ਨੇ ਇਹ ਵੀ ਇੱਕ ਕਿਹਾ ਸੀਗਾ ਕਿ ਉਹਨਾਂ ਦੇ ਵਿੱਚ ਇਹ ਕਿਹਾ ਜਾਂਦਾ ਉਸ ਦੇਸ਼ ਦੇ ਵਿੱਚ ਕਿ ਜਦੋਂ ਕਿਸੇ ਨੂੰ ਜਾਂ ਤੁਸੀਂ ਸਰਾਫ ਦੇਣਾ ਹੁੰਦਾ ਅਤੇ ਉਦੋਂ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ। ਜਦੋਂ ਕਿਸੇ ਵੀ ਕੌਮ ਨੂੰ ਜਾਂ ਕਿਸੇ ਨੂੰ ਕਮਜ਼ੋਰ ਕਰਨਾ ਹੁੰਦਾ, ਸਭ ਤੋਂ ਪਹਿਲਾਂ ਉਹਦੀ ਮਾਂ ਬੋਲੀ ਨੂੰ ਕਮਜ਼ੋਰ ਕੀਤਾ ਜਾਂਦਾ ਅਤੇ ਫਿਰ ਹੀ ਸਾਰਾ ਕੁਝ ਕੀਤਾ ਜਾਂਦਾ। ਇਸ ਕਰਕੇ ਇਹ ਅਸੀਂ ਮਾਂ ਬੋਲੀ ਦੀ ਕਿੰਨੀ ਅਹਿਮੀਅਤ ਆ, ਸੋ ਅਸੀਂ
ਆਪਣੀਆਂ ਚੀਜ਼ਾਂ ਨੂੰ ਛੱਡ ਕੇ, ਆਪਣੇ ਵਿਰਸੇ ਨੂੰ ਛੱਡ ਕੇ, ਆਪਣੇ ਸੱਭਿਆਚਾਰ ਨੂੰ ਛੱਡ ਕੇ ਅਸੀਂ ਪੱਛਮੀ ਸੱਭਿਅਤਾ ਨੂੰ ਅਪਣਾ ਰਹੇ ਹਾਂ। ਪਰ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਜਿਹੜੇ ਇੰਨੇ 3-4 ਦਹਾਕਿਆਂ ਦੇ ਲੋਕ ਆਏ ਹੋਏ ਨਾ, ਉਹ ਆਪਣੀ ਪੰਜਾਬੀ ਨੂੰ ਜਿਉਂ ਦੀ ਤਿਉਂ ਬਰਕਰਾਰ ਰੱਖਿਆ ਹੋਇਆ। ਪੰਜਾਬੀ ਸਾਡੀ ਜਿੰਦ ਤਾਂ ਜਾਨ ਆ, ਇਹ ਸਾਡੇ ਤੋਂ ਕਦੀ ਵੀ ਅਲੱਗ ਨਹੀਂ ਹੋ ਸਕਦੀ। ਵਿਸ਼ਵ ਪੰਜਾਬੀ ਕਾਨਫਰੰਸ ਇਸ ਤੋਂ ਪਹਿਲਾਂ ਦੁਬਈ ਅਤੇ ਲਾਹੌਰ ਵਿੱਚ ਕਰਵਾਈ ਗਈ ਸੀ ਅਤੇ ਇਸ ਸਾਲ ਬ੍ਰੈਂਪਟਨ ਵਿੱਚ ਹੋ ਰਹੀ ਕਾਨਫਰੰਸ ਐਤਵਾਰ ਸ਼ਾਮ 7 ਵਜੇ ਤੱਕ ਚੱਲੇਗੀ। ਰਾਧਿਕਾ ਸ਼ਰਮਾ, ਓਮਨੀ ਨਿਊਜ਼।